ਕਿਵੇਂ ਦੇਖਦਾ ਤਾਂ ਲੱਗਦਾ ਤਾਂ ਇਹੀ ਹੈ ਵੀ ਕਿੱਡੀ ਅਫਸੋਸ ਦੀ ਗੱਲ ਹੈ ਹਨਾ, ਗੌਰਮੈਂਟ ਨੇ ਕੇਵਲ ਛੁਪਾਇਆ ਹੀ ਨਹੀਂ ਇਸ ਗੱਲ ਨੂੰ, ਤੇ ਅਦਾਲਤ ਦਾ ਵੀ ਕੀਮਤੀ ਸਮਾਂ 1.25 ਸਾਲ ਖਰਾਬ ਕੀਤਾ ਇਸ ਗੱਲ ਦੇ ਉੱਤੇ। ਕਿੰਨੀਆਂ ਸਿੱਟਾਂ ਬਣੀਆਂ, ਕਿੰਨਾ ਇਹ ਤੇ ਬਹਿਸਾਂ ਹੋਈਆਂ ਉਸ ਗੱਲ ਦੇ ਉੱਤੇ, ਨਿਕਲਿਆ ਉਹੀ ਜਿਹੜੀ ਚੀਜ਼ ਪਹਿਲੇ ਨਹੀਂ ਦੱਸੀ ਜਾ ਸਕਦੀ। ਪਤਾ ਸਾਰਾ ਸੀ, ਖੁਦ ਕਰਵਾਈਆਂ ਸੀ, ਪਰੰਤੂ ਸਰਕਾਰ ਘੱਟੋ ਘੱਟ ਆਪਣਾ ਮੰਤਵ ਤਾਂ ਦੱਸ ਦਿੰਦੀ ਵੀ ਤੁਸੀਂ ਇੰਟਰਵਿਊ ਕਰਵਾਤੀ, ਚਲੋ ਕਰਵਾਤੀ, ਪਰੰਤੂ ਮੰਤਵ ਕੀ ਸੀ? ਬਿਲਕੁਲ ਹੀ ਮੈਂ ਮਾਨਯੋਗ ਹਾਈ ਕੋਰਟ ਦੇ, ਮੈਨੂੰ ਭਰੋਸਾ ਵੀ ਅੱਗੇ ਵੀ ਇਹਤੇ ਬਣਨ ਦੀ ਕਾਰਵਾਈ ਕਰਨਗੇ, ਕਿਤੇ ਮੈਨੂੰ ਉਮੀਦ ਹੈ ਭਵਿੱਖ ਦੇ ਵਿੱਚ ਸ਼ਾਇਦ ਹੋਰ ਜਾਂ ਪਟੀਸ਼ਨਾਂ ਵੀ ਦਾਇਰ ਹੋਣ ਹੋਰ ਜਾਂ ਸਮਾਂ ਆਉਣ 'ਤੇ। ਤਾਂ ਅਦਾਲਤ ਤਾਂ ਆਪਣਾ ਬਖੂਬੀ ਕੰਮ ਕਰ ਹੀ ਰਹੀ ਹੈ, ਪਰੰਤੂ ਦੇਖੋ ਮੈਂ ਸਰਕਾਰ ਨੂੰ ਕੀ ਕਹਾਂ, ਹੁਣ ਕਿਸੇ ਨੂੰ ਵੀ ਨਹੀਂ ਜੀ ਕਰਦਾ, ਕਿਉਂਕਿ ਸਰਕਾਰ ਨੇ ਤਾਂ ਕਰਨਾ ਹੀ ਨਹੀਂ ਕੁਛ। ਸਰਕਾਰ ਨੇ ਤਾਂ ਸਿਕਿਉਰਿਟੀ ਲੀਕ ਤੋਂ ਲੈ ਕੇ ਅੱਜ ਤੱਕ ਜਿਹੜੀ ਪੜਤਾਲ ਕਰਨੀ ਬਣਦੀ ਸੀ ਨਹੀਂ ਕੀਤੀ। ਇਹ ਤਾਂ ਕੇਵਲ ਰਟਿਆ ਰਟਾਇਆ ਸਵਾਲ ਇਹਨਾਂ ਕੋਲ ਇੱਕ, ਦੇਖੋ ਜੀ ਹਮਨੇ ਇੰਨੇ ਪਕੜ ਲਈਏ, ਰਿਜੇ ਕਰ ਲਏ, ਉਹ ਕਰੋ, ਹਿੰਦੀ ਜੋ ਜਿੱਦਾਂ ਨੂੰ ਸਮਝਾ ਦਿੱਤਾ ਜਾਂਦਾ ਉੱਪਰ ਵਾਲੇ ਜਾਂ ਦਿੱਲੀ ਵਾਲੇ ਸਮਝਾ ਦਿੰਦੇ ਨੇ, ਇਹ ਤਾਂ 19 ਸਟੇਟਮੈਂਟ ਦੇ ਕੇ ਚੁੱਪ ਕਰ ਜਾਂਦੇ ਨੇ, ਕੋਈ ਮਾਸਕ ਮਾਈਂਡ ਬਾਰੇ ਗੱਲ ਨਹੀਂ ਕਰਦੇ। ਜਿੰਨੇ ਨਾਮ ਅਸੀਂ ਇਹਨਾਂ ਦੀ ਸਿੱਟ ਅੱਗੇ ਦਿੱਤੇ ਵੀ ਤੁਸੀਂ ਇਹਨਾਂ ਨੂੰ ਸਖਤੀ ਨਾਲ ਪੁੱਛ ਪੁੱਛ ਕਰੋ ਇਹਨਾਂ ਤੋਂ, ਤਾਂ ਉਹ ਚਾਹ ਪਕੌੜੇ ਪਿਆ ਪਿਆ ਕੇ ਉਹਨਾਂ ਨੂੰ ਇੱਕ VIP ਟ੍ਰੀਟਮੈਂਟ ਦੇ ਕੇ ਉਹਨੂੰ ਮੋੜ ਦਿੱਤਾ ਜਾਂਦਾ। ਪਿਛਲੇ ਸਮੇਂ ਜੇ ਤੁਸੀਂ ਦੇਖਿਆ ਹੋਊਗਾ, ਲਾਰੈਂਸ ਨੇ ਪੰਜਾਬ ਦੀ ਯਾਤਰਾ ਕੀਤੀ, ਮੈਂ ਤੈਨੂੰ ਯਾਤਰਾ ਹੀ ਕਹੂੰਗਾ, ਰਿਮਾਂਡ ਨਹੀਂ ਕਹਿ ਸਕਦਾ, ਕਿਉਂਕਿ ਕਿਸੇ ਵੀ ਜਗ੍ਹਾ ਦੇ ਉੱਤੇ ਪੁਲਿਸ ਵਾਲੇ ਉਹਨੂੰ ਉਹਦੀ ਪਿੱਠ ਥਪਥਪਾਉਂਦੇ, ਉਹਦੇ ਨਾਲ ਹੱਸਦੇ ਖੇਡਦੇ ਨਜ਼ਰ ਆਏ, ਦੋਸ਼ੀਆਂ ਵਾਲੀ ਤਾਂ ਉਹਦੇ ਨਾਲ ਕਦੇ ਇੱਕ ਦਿਨ ਵੀ ਵਿਹਾਰ ਨਹੀਂ ਕੀਤਾ, ਔਰ ਨਾ ਹੀ ਪੰਜਾਬ ਪੁਲਿਸ ਦੀ ਇੰਨੀ ਹਿੰਮਤ ਹੈ ਕਿ ਉਹ ਕਰ ਸਕੇ। ਔਰ ਕੌਣ ਕਰਵਾ ਰਿਹਾ? ਪਰਮਾਤਮਾ ਜਾਣਦਾ ਇਸ ਗੱਲ ਨੂੰ। ਚਲੋ ਸਾਡਾ ਘਰ ਉਜੜਿਆ ਜੀ, ਅਸੀਂ ਤਾਂ ਲੜਦੀ ਰਹਿਣਾ ਜੇ ਗੌਰਮੈਂਟ, ਪਰ ਮੈਨੂੰ ਇਸ ਗੱਲ ਦੀ ਜ਼ਰੂਰ ਖੁਸ਼ੀ ਹੋਈ ਹੈ ਵੀ ਸਾਡੇ ਲੋਕਾਂ ਦੇ ਅੱਗੇ, ਪੰਜਾਬ ਦੇ ਆਵਾਮ ਦੇ ਅੱਗੇ ਇਹ ਗੱਲ ਸਾਹਮਣੇ ਆ ਗਈ ਵੀ ਤੁਹਾਡੀ ਕੀਮਤ ਕਿੰਨੀ ਕੁ ਹੈ, ਗੌਰਮੈਂਟ ਤੁਹਾਨੂੰ ਸਮਝਦੀ ਕੀ ਹੈ। ਉਹ ਚਿਹਰੇ ਇਹਨਾਂ ਦੇ ਜ਼ਰੂਰ ਨੰਗੇ ਹੋ ਗਏ ਵੀ ਇਹ ਇਕੱਲੀਆਂ ਵੋਟਾਂ ਵੇਲੇ ਤੁਹਾਨੂੰ ਇਕੱਲੇ ਚੁਟਕਲੇ ਸੁਣਾ ਸਕਦੇ ਹੈ, ਤੁਹਾਨੂੰ ਲੁਭਾਵਣੇ ਸੁਪਨੇ ਦਿਖਾ ਸਕਦੇ ਆ, ਪਰੰਤੂ ਇਹਨਾਂ ਦੀ ਸੋਚ ਕੇਵਲ ਇਹ ਗੈਂਗਸਟਰਾਂ ਦੇ ਅੱਗੇ ਹੈ ਜਿਹੜੇ ਸਰੈਂਡਰ ਕਰੀ ਖੜੇ ਨੇ ਸਾਰੇ ਇਹ। ਤਾਂ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਤੱਕ ਹੈ ਹੀ ਨਹੀਂ ਹੈ, ਅਸੀਂ ਆਰਾਮ ਭਰੋਸੇ ਦਿਨ ਕੱਟ ਰਹੇ ਹਾਂ ਆਪਦੇ, ਵੀ ਜਦੋਂ ਜੋ ਪਰਮਾਤਮਾ ਨੇ ਪਹਿਲਾਂ ਹੋ ਗਿਆ ਹੋਰ ਹੋ ਜਾਊਗਾ, ਹੁਣ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਹੈ ਇਹੋ ਜਿਹੀਆਂ ਗੌਰਮੈਂਟ। ਸਾਨੂੰ ਹੁਣ ਸੁਰੱਖਿਆ ਦਿੱਤੀ ਹੈ ਕਿ ਕੋਈ ਸਾਡਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ, ਜਾਂ ਮੈਂ ਕਹਾਂ ਮੇਰਾ, ਇਹ ਪਬਲਿਕ ਤੋਂ ਡਰਦੇ ਜੀ, ਕਿਉਂਕਿ ਸਿੱਧੂ ਨੂੰ ਪਬਲਿਕ ਜਿਹੜਾ ਬੇਹੱਦ ਪਿਆਰ ਕਰਦੀ ਹੈ, ਔਰ ਜੇ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਇਹਨਾਂ ਨੂੰ ਪਤਾ ਵੀ ਸਾਨੂੰ ਬਹੁਤ ਵੱਡੇ ਰੋਸ ਦਾ ਸਾਹਮਣਾ ਕਰਨਾ ਪਊ, ਬਸ ਕੋਈ ਉਹੀ ਕਾਰਨ ਹੈ, ਅਦਰਵਾਈਜ਼ ਇਹਨਾਂ ਦਾ ਸਾਡੀ ਸੁਰੱਖਿਆ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਹੈ, ਇਹ ਫਸੇ ਹੋਏ ਨੇ ਬਸ ਜਿੱਦਾਂ ਚੱਲੀ ਜਾਂਦਾ, ਕਿਉਂਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਦਾ ਸਾਰਾ ਪਤਾ ਹੈ, ਪਬਲਿਕ ਜਾਣਦੀ ਹੈ ਸਾਰੀ ਗੱਲ, ਸੋਸ਼ਲ ਮੀਡੀਆ ਦੇ ਉੱਤੇ ਅੱਜ ਸੰਸਾਰ ਭਰ ਦੇ ਵਿੱਚ ਇਹ ਮੈਸੇਜ ਗਿਆ ਹੋਊਗਾ, ਤਾਂ ਇਹਨਾਂ ਨੇ ਆਪਣੀ, ਮੈਂ ਕਹਾਂ ਵੀ ਇੱਕ ਆਪਣੇ ਖਿਲਾਫ਼ ਇਹਨਾਂ ਦੇ ਆਵਾਜ਼ ਗਈ ਹੈ ਵਿਸ਼ਵ ਭਰ ਦੇ ਵਿੱਚ ਵੀ, ਇਹਨਾਂ ਨੇ ਐਡਾ ਵੱਡੇ ਸਰਕਾਰ ਨੂੰ ਜਿਹੜਾ ਇਹਨਾਂ ਦਾ ਕਰੋੜਾਂ ਰੁਪਏ ਦਾ ਰੈਵਨਿਊ ਇਹਨਾਂ ਦੇ ਖਾਤਿਆਂ 'ਚ ਦਿੰਦਾ ਸੀ, ਸਰਕਾਰ ਨੂੰ ਟੈਕਸ ਦਿੰਦਾ ਸੀ, ਉਹਨੂੰ ਕਿੰਨੀ ਬੇਰਹਿਮੀ ਦੇ ਨਾਲ ਇਹਨਾਂ ਨੇ ਇਸ ਦੁਨੀਆ ਤੋਂ ਵਿਦਾ ਕੀਤਾ, ਤਾਂ ਬਦਮਾਸ਼ਾਂ ਦੇ ਨਾਲ ਕਿੰਨੀ ਇਹ ਹਮਦਰਦੀ ਵਿਖਾ ਰਹੇ ਹੈ, ਉਹਨਾਂ ਨੂੰ ਗਲੋਰੀਫਾਈ ਕਰ ਰਹੇ ਨੇ ਜੇਲ੍ਹਾਂ 'ਚ ਬੈਠਿਆਂ ਨੂੰ, ਅਤੇ ਉਹਨਾਂ ਦੀਆਂ ਕਮਾਈਆਂ ਖਾ ਰਹੇ ਨੇ, ਬਸ ਇਹੀ ਗੱਲ ਸਾਫ਼ ਹੁੰਦੀ ਹੈ। ਉਹ ਜਿਹੜੇ ਵੀ ਅਧਿਕਾਰੀਆਂ ਨੇ ਇਹ ਕੀਤਾ, ਕਿਹਦੇ ਕਹਿਣ 'ਤੇ ਕੀਤਾ, ਜੇ ਉਹਦੇ ਖਿਲਾਫ਼ ਇਹ ਕਾਰਵਾਈ ਕਰਨਗੇ ਫਿਰ ਹੀ ਤਾਂ ਸਰਕਾਰ ਦਾ ਕੋਈ ਮਾੜਾ ਮੋਟਾ ਆਪਾਂ ਕਹਿ ਸਕਦੇ ਹਾਂ ਕੋਈ ਪੋਜ਼ੀਟਿਵ ਰੁੱਖ ਇਸ ਗੱਲ ਦੇ ਉੱਤੇ, ਪਰੰਤੂ ਜੇ ਮੈਨੂੰ ਨਹੀਂ ਲੱਗਦਾ ਕਰਨਗੇ, ਇਹ ਮਿੱਟੀ ਪਾਉਣਗੇ, ਜਿੱਦਾਂ ਨੇ 1.25 ਸਾਲ ਇਹਦੀ ਜਾਂਚ ਕਰਦੇ ਨੂੰ ਟਪਾਤਾ, ਅਤੇ ਜਿਹੜੀ ਕਿ
ਇੱਕ ਘੰਟੇ ਦੇ ਵਿੱਚ ਪੜਤਾਲ ਕੀਤੀ ਜਾ ਸਕਦੀ ਸੀ। 1.25 ਸਾਲ ਚ ਕਿੰਨੀਆਂ ਸਿੱਟਾਂ ਹਾਰ ਕੇ ਉਹ ਹਾਈ ਕੋਰਟ ਮਾਨਯੋਗ ਨੂੰ, ਹਾਈ ਕੋਰਟ ਨੂੰ ਜਿਹੜੀ ਸਿੱਟ ਹੈ ਉਹ ਬਣਾਉਣੀ ਪਈ, ਤਾਂ ਜਾ ਕੇ ਗੱਲ ਸਾਹਮਣੇ ਆ ਗਈ ਜੀ ਕਿਤੇ ਇਹੀ ਸਿੱਟ ਹੈ ਜਿਹੜੀ ਸਰਕਾਰ ਦੇ ਪ੍ਰਤੀ ਜਵਾਬਦੇਹ ਹੁੰਦੀ ਤਾਂ ਰਿਪੋਰਟ ਅੱਜ ਵੀ ਨਹੀਂ ਆਉਣੀ ਸੀ। ਹਾਈ ਕੋਰਟ ਨੇ ਆਪਣੀ ਮੈਡਮ ਚੋਰੀ ਨੂੰ ਨਾਲ ਇਹਦੇ ਤੈਨਾਤ ਕੀਤਾ ਤਾਂ ਉਹਨਾਂ ਨੇ ਇਹਦੀ ਜਿਹੜੀ ਆ ਅਪਡੇਟ ਉਹ ਰੋਜ਼ਾਨਾ ਲੈਂਦੇ ਸੀ, ਤਾਂ ਕਰਕੇ ਸੰਭਵ ਹੋ ਪਾਇਆ। ਅਦਰਵਾਈਜ਼ ਸਰਕਾਰ ਤਾਂ ਕਦੇ ਵੀ ਨਹੀਂ ਕਰਦੀ ਇਸ ਗੱਲ ਨੂੰ, ਬਸ ਉਹਨਾਂ ਦਾ ਨਾਂ ਦੇ ਬਰਾਬਰ ਹੀ ਹੈ ਰਿਸਪੋਂਸੀਬਲ, ਕਿਉਂਕਿ ਨਾ ਹੀ ਮੇਰੇ ਮਨ ਦੇ ਵਿੱਚ ਵੀ ਨਹੀਂ ਆਉਂਦਾ ਕਦੇ ਵੀ ਮੈਂ ਜਾ ਕੇ ਮੁੱਖ ਮੰਤਰੀ ਨੂੰ ਮਿਲਾਂ। ਅੰਦਰੋਂ ਆਤਮਾ ਨਹੀਂ ਬਣਦੀ ਵੀ ਸਾਡੇ ਸਾਡਾ ਕਾਹਦੇ ਲਈ ਜਾਂਦੇ ਹਾਂ, ਕੀ ਕਾਰਨ ਹੈ ਵੀ ਦੋਨੋਂ ਪੰਜਾਬ ਦੀ। ਅਸੀਂ ਮਤਲਬ ਝੂਠਾਂ ਤੋਂ, ਗੱਪਾਂ ਤੋਂ, ਚੁਟਕਲਿਆਂ ਤੋਂ ਤੰਗ ਆਏ ਪਏ ਹਾਂ। ਇਹ ਜਿਹੜਾ ਤੰਦਰੁਸਤ ਬੰਦਾ ਹੁੰਦਾ ਹੈ, ਕੋਈ ਤੁਸੀਂ ਵਧੀਆ ਜੀਵਨ ਆਪਦੇ ਜਿਉਂਦੇ ਹੋ, ਫਿਰ ਤਾਂ ਤੁਹਾਨੂੰ ਚੁਟਕਲੇ ਵੀ ਚੰਗੇ ਲੱਗਦੇ ਹਨ। ਇੱਕ ਪੀੜਿਤ ਵਿਅਕਤੀ ਨੂੰ ਉਹਦੇ ਲਾਰੇ ਲੱਪੇ ਜਿੱਦਾਂ ਦੀ ਉਹ ਰਾਜਨੀਤੀ ਕਰਦਾ ਨਹੀਂ ਵਧੀਆ ਲੱਗਦੀ, ਚਲੋ ਉਹ ਆਪਦੇ ਘਰੇ ਆਪਾਂ ਆਪਦੇ ਘਰੇ ਹਾਂ। ਸੰਯੋਗ ਅਦਾਲਤ ਤੋਂ ਮੈਨੂੰ ਪੂਰਾ ਭਰੋਸਾ ਹੈ ਵੀ ਅਗਲੀ ਜਿਹੜੀ ਕਾਰਵਾਈ ਹੈ, ਪਹਿਲਾ ਪੜਾਅ ਆ ਗਿਆ, ਹੁਣ ਨੈਕਸਟ ਜਿਹੜੇ ਬੰਦੇ ਇਨਵੋਲਵ ਨੇ ਇਹਨਾਂ ਕੰਮਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਵੀ ਕੋਈ ਜਿਹੜੀ ਪੁਖਤਾ ਹੁਕਮ ਹੈ ਜਿਹੜੀ ਮਾਨਯੋਗ ਕੋਰਟ ਜਾਰੀ ਕਰੂਗੀ। ਅਤੇ ਜਿਹੜੇ ਜਿੱਦਾਂ ਹੁਣ ਅਸੀਂ ਵੀ ਕੁਛ ਆਪਦੀ ਵਿਚਾਰ ਚਰਚਾ ਕਰਾਂਗੇ, ਕੋਈ ਨਵਾਂ ਪੈਂਤਰਾ ਜਿਹੜਾ ਲੈ ਕੇ ਹੋਰ ਹਾਈ ਕੋਰਟ ਦੇ ਵਿੱਚ ਜਾਵਾਂਗੇ।